ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਸੀਨੀਅਰ ਵੀਜ਼ਾ ਕੰਸਲਟੈਂਟ ਪਟਿਆਲਾ ਤੋਂ ਇਹ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ ਬਿਕੋਜ਼ ਇਹ ਕਾਫੀ ਇਨਫੋਰਮੈਟਿਵ ਵੀਡੀਓ ਹੋਣ ਵਾਲੀ ਹੈ ਤੁਹਾਡੇ ਲਈ ਹੁਣ ਤੋਂ ਕੁਝ ਘੰਟੇ ਪਹਿਲਾਂ ਕੈਨੇਡਾ ਦੇ ਕੈਨੇਡਾ ਗਵਰਨਮੈਂਟ ਦੇ ਅਫੀਸ਼ੀਅਲਸ ਵੱਲੋਂ ਦੋ ਨਵੀਆਂ ਅਪਡੇਟ ਅਨਾਉਂਸ ਕੀਤੀਆਂ ਗਈਆਂ ਨੇ ਜਿਹਦੇ 'ਚ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ SDS ਰੂਲ ਬਾਰੇ ਆਪਾਂ ਸਾਰੇ ਜਾਣੂ ਹਾਂ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਅੰਡਰ ਆਪਾਂ ਐਪਲੀਕੇਸ਼ਨਸ ਲਗਾ ਰਹੇ ਹਾਂ SDS ਰੂਲ ਕੁਝ 14 ਕੰਟਰੀਜ਼ ਵਾਸਤੇ ਬਣਾਇਆ ਗਿਆ ਹੈ ਜਿਹਦੇ 'ਚੋਂ ਇੰਡੀਆ ਵੀ ਇੱਕ ਕੰਟਰੀ ਹੈ ਜੋ SDS ਰੂਲ ਜਿਨ੍ਹਾਂ 'ਤੇ ਇੰਪਲੀਮੈਂਟ ਹੁੰਦਾ ਸਟੂਡੈਂਟਸ ਜੋ ਕੈਨੇਡਾ ਆਪਣਾ ਸਟੱਡੀ ਪਰਮਿਟ ਅਪਲਾਈ ਕਰਦੇ ਆ ਸੋ ਜੋ GIC ਹੈ GIC ਇੱਕ SDS ਕੈਟੇਗਰੀ ਦੇ ਵਿੱਚ ਆਪਾਂ $10,000 ਹੁਣ ਤੱਕ ਪੇ ਕਰਦੇ ਆ ਰਹੇ ਸੀ ਬਹੁਤ ਇੰਪੋਰਟੈਂਟ ਪਾਰਟ ਹੈ SDS ਰੂਲ ਦੇ ਅੰਡਰ ਸੋ ਹੁਣ ਇਹ ਜੋ GIC ਹੈ 1 ਜਨਵਰੀ 2024 ਤੋਂ 1 ਜਨਵਰੀ 2024 ਜਾਂ ਉਸ ਤੋਂ ਬਾਅਦ ਲੱਗਣ ਵਾਲੀਆਂ ਫਾਈਲਾਂ ਲਈ ਜਾਂ ਉਸ ਤੋਂ ਬਾਅਦ ਜਾਣ ਵਾਲੇ ਸਟੂਡੈਂਟਸ ਲਈ GIC ਡਬਲ ਕੀਤਾ ਜਾ ਰਿਹਾ ਹੈ ਅਗਰ ਮੈਂ ਅਪਰੋਕਸ ਦੱਸਾਂ ਤਾਂ $20,000 $325 कर दिता गया रफली $20,000 हुण तो GIC स्टूडेंट्स नूं पे करना पएगा जो स्टूडेंट्स दी एप्लीकेशन 1 जनवरी या 1 जनवरी तो बाद लगणगीआं इह रूल तां कीता गया है क्योंकि स्टूडेंट्स अपने लिविंग एक्सपेंसिस मैनेज कर पाउण एंड अपनियां फीसिस अकॉर्डिंगली मैनेज कर पाउण उहनां नूं दिक्कत ना आवे या स्टूडेंट्स जो स्ट्रेस दे विच ने सारियां चीज़ां नूं देखते हुए इनफ्लेशन नूं देखते हुए रूल बनाया गया है ਜਿੱਦਾਂ ਕਿ ਪਹਿਲਾਂ $10,000 ਤੁਹਾਡੀ 1 ਸਾਲ ਦੀ ਸਟੱਡੀ ਦੇ ਦੌਰਾਨ ਬੱਚਿਆਂ ਨੂੰ ਰਿਫੰਡ ਹੋ ਜਾਂਦਾ ਸੀ ਇਨਸਟਾਲਮੈਂਟਸ ਦੇ ਵਿੱਚ ਹੁਣ $20,000 ਦੋ ਸਾਲਾਂ ਦੇ ਵਿੱਚ ਮੈਨੇਜ ਕੀਤਾ ਜਾਏਗਾ $10,000 ਫਸਟ ਈਅਰ ਲਈ ਬੱਚਿਆਂ $10,000 ਸੈਕਿੰਡ ਈਅਰ ਦੇ ਵਿੱਚ ਰਿਫੰਡ ਹੋਏਗਾ ਸੋ ਇਹ ਤਾਂ ਹੈ GIC ਨੂੰ ਲੈ ਕੇ ਇੱਕ ਵੱਡੀ ਅਪਡੇਟ ਸੈਕਿੰਡ ਅਪਡੇਟ ਇਹ ਹੈ ਕਿ ਜੋ ਸਟੂਡੈਂਟਸ ਆਲਰੇਡੀ ਇਨ ਕੈਨੇਡਾ ਨੇ ਜੋ 7th ਡਿਸੰਬਰ ਤੋਂ ਪਹਿਲਾਂ ਆਪਣੀਆਂ ਐਪਲੀਕੇਸ਼ਨਸ ਅਪਲਾਈ ਕਰ ਚੁੱਕੇ ਨੇ ਜਾਂ ਆਲਰੇਡੀ ਇਨ ਕੈਨੇਡਾ ਨੇ ਹੁਣ ਉਹ ਸਟੂਡੈਂਟਸ ਮੋਰ ਦੈਨ 20 ਆਰਸ ਕੰਮ ਕਰ ਸਕਣਗੇ ਅਪ ਟੂ 30 ਆਰਸ ਤੱਕ ਪਾਰਟ ਟਾਈਮ ਕੰਮ ਕਰ ਸਕਣਗੇ ਸਟੂਡੈਂਟਸ ਇਹ ਰੂਲ ਅਪ੍ਰੈਲ 2024 ਤੱਕ ਰਹੇਗਾ ਸੋ 2024 ਤੱਕ ਇਹ ਸਟੂਡੈਂਟਸ ਜੋ ਨੇ ਅਪ੍ਰੈਲ 2024 ਤੱਕ ਸਟੂਡੈਂਟਸ ਮੋਰ ਦੈਨ 20 ਆਰਸ ਕੰਮ ਕਰ ਸਕਦੇ ਨੇ ਸੋ ਇਦਾਂ ਦੀਆਂ ਹੋਰ ਇਨਫੋਰਮੈਟਿਕ ਵੀਡੀਓਜ਼ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਗਾਈਜ਼ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ